ਬੇਬੇ ਕਹਿੰਦੇ ਇੱਕ ਕਾਮਯਾਬ ਬੰਦੇ ਪਿੱਛੇ ਇੱਕ ਔਰਤ ਦਾ ਹੱਥ ਜ਼ਰੂਰ ਹੁੰਦਾ ਵਾ। ਜਮਾ ਸਹੀ ਗੱਲ ਆ ਪੁੱਤ। ਤੇ ਬੇਬੇ ਫਿਰ ਤੁਸੀਂ ਮੈਨੂੰ ਔਰਤ ਲਿਆ ਕੇ ਕਿਉਂ ਨੀ ਦਿੰਦੇ ਪਏ? ਸਾਫਣਿਆ ਤੂੰ ਐਡਾ ਵੱਡਾ ਹੋ ਗਿਆ। ਬਾਬਿਆਂ ਨੇ ਬਿਲੋਸ਼ਰ ਦਾ ਈਰਾਗੜੀ ਰੈਡ ਬੁੱਲ ਛੱਡ ਪੀਲਾ ਹੌਲਾ ਤਗੜੀ ਹੌਲਾ ਹੌਲਾ ਹੁੰਦੇ ਹਨ ਜਦੋਂ ਖੋਲਦਾ ਸਨੈਪ ਨਾਮ ਕਰਕੇ ਸਰਚ ਮੈਨੂੰ ਕਰਦੀਆਂ ਐਡ ਐਡ ਕਰਦਾ ਨਹੀਂ। ਅੱਜ ਫੇਰ ਮੇਰਾ ਸਿਮਲੇ ਜਾਣ ਨੂੰ ਦਿਲ ਕਰ ਰਿਹਾ। ਬੇਬੇ ਪਹਿਲਾਂ ਵੀ ਗਈ ਸੀ? ਨਹੀਂ ਪੁੱਤ, ਉਦੋਂ ਵੀ ਦਿਲ ਹੀ ਕੀਤਾ ਸੀ। ਬੇਬੇ ਡਿੱਗਿਆ ਕਿੱਥੇ ਸੀ? ਲੈਟਰੀਨ ਚ। ਰੌਣਕ ਲੱਗ ਜਾਂਦੀ ਵਿਹੜੇ ਦੇ ਵਿੱਚ, ਧੰਨ ਧੰਨ ਹੋ ਜਾਂਦੀ ਆ। ਅੱਛਾ, ਜਦੋਂ ਤੂੰ ਚਲੇ ਜਾਣਾ ਉਦੋਂ ਜੀ ਨੀ ਲੱਗਦਾ, ਵਿਹੜਾ ਵੜ ਵੜ ਖਾਂਦਾ। ਬਾਕੀ ਸਾਰੇ ਮਿਸ ਕਰਦੇ ਆ, ਫਿਕਰ ਤਮਾਮ ਕਰਦੀਆਂ ਹੁੰਦੀਆਂ, ਫਿਕਰ ਤਮਾਮ ਕਰਦੀਆਂ ਹੁੰਦੀਆਂ। ਚੰਗਾ ਬੇਬੇ, ਮੈਂ ਪੇਪਰ ਦੇਣ ਚੱਲਿਆ। ਚੰਗਾ ਪੁੱਤ, ਫਿਰ ਪੈਨ ਰੱਖ ਲਿਆ? ਹਾਂ ਹਾਂ ਬੇਬੇ ਰੱਖ ਲਿਆ। ਰੋਡ ਨੰਬਰ ਰੱਖ ਲਿਆ? ਹਾਂ ਬੇਬੇ ਰੱਖ ਲਿਆ। ਚੰਗਾ ਪੁੱਤ, ਸਾਡੀ ਫਿਰ ਮਾੜੀ ਮੋਟੀ ਇੱਜ਼ਤ ਵੀ ਰੱਖ ਲਈ। ਗੱਲ ਠੀਕ ਆ ਬੇਬੇ, ਮੈਂ ਪੇਪਰ ਦੇਣ ਚੱਲਿਆ। ਸੋਹਣਾ ਸੋਹਣਾ ਕਰਕੇ ਆਈ, ਐਤਕੀ ਤੇਰੇ ਫੁੱਲ ਨੰਬਰ ਆਉਣੇ ਚਾਹੀਦੇ ਆ। ਮੈਂ ਕਿਹਾ ਬੇਬੇ ਜਮਾਂ ਹੀ ਫੁੱਲ ਲੈ ਕੇ ਆਵਾਂਗੇ। ਚੱਲ ਠੀਕ ਆ, ਓਕੇ। ਠੀਕ ਆ ਬੇਬੇ। ਲਿਖਾਫਣਾ ਨੰਬਰ ਤਾਂ ਤੇਰੇ ਸਾਰੇ ਥੱਲੇ ਡੇ ਪਏ ਆ। ਬੇਬੇ ਹੁਣ ਆਪਾਂ ਸਾਰੀਆਂ ਮੱਝਾਂ ਗਾਵਾਂ ਵੇਚ ਦੇਣੀਆਂ ਬੇਬੇ, ਸਾਰੇ ਪਸ਼ੂ ਵੇਚ ਦੇਣੇ ਆ। ਕਿਉਂ ਬੇਬੇ? ਹੁਣ ਮੈਂ ਚਲੇ ਜਾਣਾ ਕੈਨੇਡਾ ਬਾਹਰ, ਤੇ ਬੇਬੇ ਮੈਂ ਤੈਨੂੰ ਪੈਸੇ ਭੇਜੀ ਜਾਣੇ ਤੇ ਬੇਬੇ ਤੂੰ ਬਸ ਜੋੜੀ ਚੱਲੀ ਬੇਬੇ। ਕਿਉਂ ਨਖਾਫਣਿਆ ਤੂੰ ਪਾਟੇ ਨੋਟ ਘੱਲਣੇ ਆ? ਤੇਰੇ ਪੁੱਤ ਨੂੰ ਦੂਰੋਂ ਦੂਰੋਂ ਰਿਸ਼ਤੇ ਆਉਂਦੇ, ਇੰਨੀ ਚੜ੍ਹਾਈ ਆ ਤੇਰੇ ਪੁੱਤ ਦੀ। ਨਖਾਫਣਿਆ ਦੂਰੋਂ ਦੂਰੋਂ ਹੀ ਆਉਣੇ ਆ, ਨੇੜੇ ਆ ਜਾਂਦਾ ਤੇਰੇ ਲੱਛਣਾਂ ਦਾ ਪਤਾ। ਅਰਮਨ ਵਾਲੇ ਚਾਹ ਪੀ ਲਾ। ਲਿਆਓ ਫੜਾਓ। ਆ ਕੀ ਯਾਰ, ਇੰਨੀ ਠੰਡੀ ਚਾਹ ਲਿਆ ਕੇ ਦੇ ਦਿੱਤੀ ਤੁਸੀਂ? ਲੈ ਤੱਤੀ ਕਰਕੇ ਲਿਆਵਾ, ਤੇਰੇ ਕੋਈ ਨਖਰੇ ਹੇਠ ਹੀ ਨਹੀਂ ਆਉਂਦੀ ਚਾਹ। A few moments later. ਲੈ ਮੂੰਹ ਟੱਡ। ਕਿਉਂ? ਉਪਲਦੀ ਚਾਹ ਤੇਰੇ ਮੂੰਹ ਚ ਪਾਵਾਂ। ਹਰਮਨ, ਅਸੀਂ ਹੁਣ ਕੁੜੀ ਲੱਭ ਲਈ ਆ, ਦੋ ਤਿੰਨਾਂ ਦਿਨਾਂ ਵਿੱਚ ਤੇਰਾ ਵਿਆਹ ਕਰ ਦੇਣਾ ਤੇ ਕੁੜੀ ਚੁੰਨੀ ਚੜਾ ਕੇ ਲਿਆਉਣੀ ਆ। ਓ ਬੇਬੇ, ਚੁੰਨੀ ਚੜਾ ਕੇ ਤੂੰ ਰਹਿਣ ਦੇ। ਕਿਉਂ? ਠੰਡ ਬਹੁਤ ਆ, ਕੁੜੀ ਨੂੰ ਆਪਾਂ ਕੰਬਲ ਜਾਂ ਰਜਾਈ ਚੜਾ ਕੇ ਲੈ ਕੇ ਆਵਾਂਗੇ। ਛਿਟੇ ਮੂੰਹ ਜਿਹੜਾ। ਕਿਸੇ ਹੋਰ ਤੇ ਨਹੀਂ, ਇੱਕ ਕਿੱਲਾ ਪਾਉਣ ਜੀ ਦੀ 40 ਜੀਟੀ ਰੋਡ ਤੇ। ਨਖਾਫੜੇ, ਆਪਣੇ ਕੋਲ ਤਾਂ ਕਿੱਲਾ ਹੀ 15 ਹੈ, ਤੈਨੂੰ ਬਣਾਉਣੀ ਵੱਡੇ ਨੂੰ ਮੈਂ ਅੱਧਾ ਕਿੱਲੋ।
ਆ ਬੇਬੇ ਮੈਂ ਆਪਦੀ ਘਰ ਵਾਲੀ ਤੋਂ ਬੜਾ ਦੁਖੀ ਆ। ਕਿਉਂ ਕੀ ਹੋਇਆ? ਬੇਬੇ ਮੇਕਅਪ ਤੇ ਇੰਨਾ ਖਰਚਾ ਕਰਦੀ, ਇੰਨਾ ਖਰਚਾ ਕਰਦੀ ਆ, ਮੇਰੇ ਤੋਂ ਉਹਦਾ ਮੇਕਅਪ ਦਾ ਖਰਚਾ ਬੇਬੇ ਬਰਦਾਸ਼ਤ ਨਹੀਂ ਹੁੰਦਾ। ਤੇ ਨਾ ਲਿਆ ਕੇ ਦਿਆ ਕਰ। ਉਹ ਬੇਬੇ ਮੇਕਅਪ ਤੋਂ ਬਿਨਾ ਉਹ ਬਰਦਾਸ਼ਤ ਨਹੀਂ ਹੁੰਦੀ। ਛੱਡ ਅੱਬ। ਹਰਮਨ ਗਧਾ ਬੇਬੇ ਉਹਨੂੰ ਕਹਿੰਦੇ ਆ ਜਿਹੜਾ ਬੰਦਾ ਆਪਦੀ ਗੱਲ ਦੂਸਰੇ ਬੰਦੇ ਨੂੰ ਸਮਝਾ ਹੀ ਨਾ ਸਕੇ। ਪੁੱਤ ਮੈਂ ਤੇਰੀ ਗੱਲ ਸਮਝੀ ਨੀ। ਬੇਬੇ ਮੇਰੇ ਕਹਿਣ ਦਾ ਮਤਲਬ ਸੌ ਦੀ ਗੋਭੀ ਲਿਆਈ ਤੇ ਸੌ ਦੇ ਗੰਡੇ ਲਿਆਈ। ਠੀਕ ਆ ਬੇਬੇ। A few moments later. ਸਬਜ਼ੀ ਨਹੀਂ ਲੈ ਕੇ ਆਇਆ? ਉਹ ਬੇਬੇ ਮੈਂ ਨੋਟ ਭੁੱਲ ਗਿਆ ਸੀ, ਗੋਭੀ ਵਾਲਾ ਕਿਹੜਾ ਵਾ? ਦਰ ਫਿਟੇ ਮੂੰਹ ਆ ਜਿਹਦਾ। ਬੇਬੇ ਅੱਜ ਮੈਂ ਪਾਣੀ ਨੂੰ ਲੂ ਬਣਾਤਾ। ਉਹ ਪੁੱਤ ਕਿਵੇਂ? ਬੇਬੇ ਮੈਂ ਗਰਮ ਕਰਕੇ ਬਾਲਟੀ ਚ ਰੱਖਤਾ ਪਰ ਮੈਂ ਨਹਾਤਾ ਹੀ ਨਹੀਂ। ਦਰ ਫਿਟੇ ਮੂੰਹ ਮੁਸ਼ਕੇ ਜਿਹਦਾ।